ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਮਾ ਮੰਡੀ ਦੇ ਨੇੜਲੇ ਪਿੰਡ ਜੱਜਲ ਅਤੇ ਸੇਖੂ ਵਿਖੇ ਗੁਲਾਬੀ ਸੁੰਡੀ ਕਾਰਨ ਖਰਾਬ ਹੋਏ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਦੇ ਲਈ ਉੱਥੇ ਪਹੁੰਚੇ, ਜਿੱਥੇ ਉਹਨਾਂ ਨੇ ਖੇਤਾਂ ਦੇ ਵਿੱਚ ਜਾ ਕੇ ਗੁਲਾਬੀ ਸੁੰਡੀ ਨਾਲ ਹੋਏ ਨਰਮੇ ਦੀ ਫਸਲ ਦੇ ਨੁਕਸਾਨ ਦਾ ਪੀੜਤ ਕਿਸਾਨਾਂ ਤੋਂ ਜਾਇਜ਼ਾ ਲਿਆ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ कि पिंड जज्जल ਅਤੇ ਸੇਖੂ ਦੇ ਕਿਸਾਨਾਂ ਦੀਆਂ ਨਰਮੇ ਦੀਆਂ ਫਸਲਾਂ ਜਾਲੀ ਬੀਜ ਕਰਕੇ ਕਿਸਾਨਾਂ ਦੇ ਨਰਮੇ ਨੂੰ ਗੁਲਾਬੀ ਸੁੰਡੀ ਪੈ ਗਈ ਹੈ। ਇਸ ਕਾਰਨ ਕਿਸਾਨਾਂ ਦਾ ਸਾਰਾ ਨਰਮਾ ਖਰਾਬ ਹੋ ਚੁੱਕਾ ਹੈ, ਪਰੰਤੂ ਪੰਜਾਬ ਸਰਕਾਰ ਦਾ ਇਸ ਵੱਲੋਂ ਕੋਈ ਧਿਆਨ ਨਹੀਂ ਹੈ ਅਤੇ ਨਾ ਹੀ ਨਰਮੇ ਦੀ ਫਸਲ ਤੇ ਕੋਈ ਕੀਟਨਾਸ਼ਕ ਦਵਾਈ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਇੱਕ ਇੱਕ ਏਕੜ ਤੇ 40,000 ਰੁਪਏ ਦੇ ਕਰੀਬ ਖਰਚਾ ਹੋ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਇੰਨੀ ਪੱਕੀ ਹੋਈ ਫਸਲ ਪਰ ਫਸਲ ਖਤਮ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਨੇ ਵੀ ਇਹ ਨਕਲੀ ਬੀਜ ਭੇਜਿਆ ਹੈ, ਜਿਹੜੇ ਹੀ ਅਧਿਕਾਰੀ ਇਸ ਦੇ ਵਿੱਚ ਸ਼ਾਮਿਲ ਨੇ, ਉਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਫਸਲਾਂ ਦੇ ਨੁਕਸਾਨ ਸੰਬੰਧੀ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਵੇ। ਦੇਖੋ ਪਿੰਡ ਜੱਜਲ ਤਲਵੰਡੀ ਸਾਹਿਬ ਹਲਕੇ 'ਚ ਨਰਮਾ ਦੇਖੋ ਕਿੱਡਾ ਵੱਡਾ ਨਰਮਾ, ਕਿੰਨਾ ਸੋਹਣਾ ਨਰਮਾ, ਪਰ ਜੇ ਤੁਸੀਂ ਕੋਈ ਵੀ ਟਿੰਡਾ ਤੋੜੋ ਸਾਰੇ ਹੀ ਖਰਾਬ, ਸੁੰਡੀ ਲੱਗ ਗਈ ਜਾਲੀ ਬੀ ਕਰਕੇ। ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ, ਕੋਈ ਦਵਾਈ ਨਹੀਂ ਕੰਮ ਕਰ ਰਹੀ। ਇੱਕ ਇੱਕ ਕਿੱਲੇ 'ਤੇ ਮੇਲਾ ਦਾ 30-30, 40-40 ਹਜ਼ਾਰ ਤੋਂ ਵੱਧ ਖਰਚਾ ਆਇਆ। ਐਡੇ ਮੈਨੂੰ ਪੱਕੀ ਹੋਈ ਫਸਲ, ਆਹ ਤਾਂ ਜਿਵੇਂ ਨਾ ਕਹਿੰਦੇ ਪੱਕੀ ਹੋਈ ਫਸਲ ਦੇਖ ਲਓ, ਆਹ ਦੇਖੋ ਐਡਾ ਵੱਡਾ ਨਰਮਾ, ਇੰਨਾ ਸੋਹਣਾ ਨਰਮਾ, ਪਰ ਫਸਲ ਖਤਮ। ਪੰਜਾਬ ਸਰਕਾਰ ਨੂੰ ਜਿਹੜੇ ਨੇ ਨਕਲੀ ਬੀ ਭੇਜੇ, ਜਿਹੜੇ ਅਫਸਰ ਇਨਵੋਲਵ ਹੈ ਨਾਲ ਜੁੜੇ ਹੈ ਜਿਹਨਾਂ ਨੇ ਪੰਗਾ ਲਿੱਤਾ, ਨਾਲੇ ਘੱਟ ਤੋਂ ਘੱਟ 50,000 ਰੁਪਏ ਕਿੱਲਾ ਕਿਸਾਨ ਨੂੰ ਦੇਣਾ, ਇਮੀਡੀਏਟ ਦੇਣਾ ਪੈਣਾ, ਸਾਡੀ ਡਿਮਾਂਡ ਹੈ। ਰਾਮਾ ਮੰਡੀ ਤੋਂ ਪਰਮਜੀਤ ਸਿੰਘ ਲਹਿਰੀ ਦੀ ਰਿਪੋਰਟ, NC7 ਨਿਊਜ਼।